वाहिगुरु जी का खालसा, श्री वाहिगुरु जी की फतेह। मैं बलराज सिंह पठल जगराओं तो अज वीडियो बनाए हैं जी पंजाब दे मुख्यमंत्री सरदार भगवंत सिंह मान साहब नूं बेनती करन दे लई। मान साहब जो कुछ दिन पहला तुसी दिल्ली समझौता करके आए जिहदे तुसी पंजाब दे सारे हक दिल्ली नूं दे आए, ते आके तुसी जिहड़ा घरे अपने स्टूडियो बनाया उत्थों एक स्टेटमेंट जारी कीती सी कि जे पंजाब दे भले लई तुहानूं किते वी जाणा पिया तां तुसी उत्थे जा के पंजाब दे भले लई जो भी चंगी चीज सीखण लई मिलू तां तुसी सीखण जाओगे। इस करके मैं तुहानूं हथ बन्न के बेनती करदा कि पंजाब दी इको एक खेतरी पार्टी श्रोमणी अकाली दल जो पंजाब दे लोकां नाल वादा करदी आ उह पूरा करदी आ। अज एक श्रोमणी अकाली दल दा वर्कर होण दे नाते मैनूं माण महसूस हो रहा अपने ते अपनी पार्टी ते अपने पार्टी दे प्रधान सरदार सुखबीर सिंह बादल साहब ते कि जो पंजाब दे लोकां नाल वादा करदे आ उह पूरा करदे ने। उन्हां ने कहा सी कि पंजाब नूं पावर सरपलस स्टेट बनाऊ, उन्हां ने बना के दिखाया। अज पूरा पंजाब श्रोमणी अकाली दल दे उस सुनहरे दौर नूं याद कर रहा है जदों एक पल दे लई भी बिजली नहीं सी जा रही। अज पूरा पंजाब तुहानूं वीडियोज़ बना बना सोशल मीडिया ते तुहाडियां मिन्नतां कर रहा है कि साडी खड़ी मक्की सुक गई, असीं मूंगी वाहती क्योंकि सानूं पानी लाउण नूं बिजली नहीं आ रही। जगराओं कल 24 घंटिआं चों 4 घंटे बिजली आई है, शहर च पिंडां च पता नहीं की हाल होना। अज फिर सवेर दे कट लगे आ, हुण बिजली आई है, किन्नी देर रहिंदी है पता नहीं। इस करके ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਜੇ ਤੁਸੀਂ ਪੰਜਾਬ ਦੇ ਭਲਾ ਕਰਨਾ ਚਾਹੁੰਦੇ ਹੋ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲੇ ਆਓ ਵੀ ਕਿਵੇਂ ਤੁਸੀਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦੇ ਹੋ ਉਹਨੂੰ ਪੂਰਾ ਕਰਦੇ ਹੋ, ਕਿਵੇਂ ਤੁਸੀਂ ਪੰਜਾਬ ਨੂੰ ਪਾਵਰ ਸਰਪਲਸ ਸਟੇਟ ਬਣਾਇਆ, ਕਿਵੇਂ ਤੁਸੀਂ ਇਹ ਬਿਜਲੀ ਸੰਕਟ ਚੋਂ ਪੰਜਾਬ ਨੂੰ ਬਾਹਰ ਕੱਢ ਸਕਦੇ ਹੋ। ਜੇ ਸਿੱਖਣਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲੇ ਆਓ, ਕਿਉਂਕਿ ਦੂਜੇ ਪਾਸੇ ਕੇਜਰੀਵਾਲ ਸਾਹਿਬ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਂ 53,000 ਕਰੋੜ ਪਲਾਨ ਕਰ ਲਿਆ, ਉੱਥੋਂ ਲਿਆਉਂ ਉੱਥੋਂ ਲਿਆਉਂ, ਜਿਹੜਾ ਕਿ ਬਿਲਕੁਲ ਹੀ ਹਵਾ ਚ ਨਿਕਲਿਆ, ਉਹਦਾ ਕੋਈ ਉਹਦਾ ਸਿਰ ਪੈਰ ਨਹੀਂ ਨਿਕਲਿਆ। ਕਿਉਂਕਿ ਨਾ ਤਾਂ ਜਿਹੜੀ ਉਹਨਾਂ ਨੇ ਗਰੰਟੀ ਦਿੱਤੀ ਸੀ ਉਹਦੇ ਬੇਸ ਤੇ, ਨਾ ਤਾਂ 300 ਯੂਨਿਟ ਸਾਰਿਆਂ ਦੇ ਮਾਫ਼ ਹੋਏ, ਨਾ ਬਕਾਇਆ ਬਿਜਲੀ ਦਾ ਮਾਫ਼ ਹੋਇਆ। ਉਲਟਾ ਤੁਹਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲੇ ਭੇਜਤਾ 1,00,000 ਕਰੋੜ ਦਾ ਪੈਕੇਜ ਲੈਣ ਦੇ ਲਈ। ਇਸ ਕਰਕੇ ਤੁਸੀਂ ਜੇ ਸਿੱਖਣਾ ਪੰਜਾਬ ਦਾ ਭਲਾ ਕਰਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲੇ ਆਓ। ਇੱਕ ਗੱਲ ਹੋਰ, ਜੋ ਤੁਸੀਂ ਦਿੱਲੀ ਦੇ ਸਕੂਲ ਤੇ ਹਸਪਤਾਲਾਂ ਦਾ ਦੌਰਾ ਕਰਨ ਗਏ ਹੋ ਵੀ ਉਹ ਮਾਡਲ ਤੁਸੀਂ ਦਿੱਲੀ ਦਾ ਮਾਡਲ ਪੰਜਾਬ ਚ ਲੈ ਕੇ ਆਉਣਾ, ਹੱਥ ਬੰਨ ਕੇ ਤੁਹਾਨੂੰ ਬੇਨਤੀ ਕਰਦਾ ਕਿ ਜੋ ਤੁਸੀਂ ਦਿੱਲੀ ਗਏ ਹੋ, ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸਿਸੋਦੀਆ ਜੀ ਨੇ ਵੀ ਤੁਹਾਨੂੰ ਇਹ ਗੱਲ ਦੱਸਦੀ ਕਿ ਉਹਨਾਂ ਨੇ ਸਕੂਲਾਂ ਦਾ ਮਾਡਲ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੈਰੀਟੋਰੀਅਲ ਸਕੂਲ ਬਣਾਏ ਨੇ ਉਹ ਕਾਪੀ ਕੀਤਾ। ਇਸ ਕਰਕੇ ਤੁਸੀਂ ਕਾਪੀ ਕੀਤਾ ਹੋਇਆ ਸਮਾਨ ਸਿੱਖਣ ਦੀ ਬਜਾਏ ਸਕੂਲ ਕਿਵੇਂ ਬਣਾਏ ਜਾਂਦੇ ਨੇ ਉਹ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਸਿੱਖੋ। ਤੇ ਜੇ ਤੁਸੀਂ ਹਸਪਤਾਲਾਂ ਦੀ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹੋ, ਦਿੱਲੀ ਤੋਂ ਕੀ ਸਿੱਖਣ ਜਾਂਦੇ ਹੋ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਕਰੋਨਾ ਦੇ ਸਮੇਂ ਉੱਥੇ ਸੰਸਕਾਰ ਕਰਨ ਨੂੰ ਵੀ ਥਾਂ ਨਹੀਂ ਸੀ ਮਿਲਦਾ, ਗੁਰੂ ਘਰ ਨੇ ਲੰਗਰ ਲਾਏ ਤਾਂ ਦਿੱਲੀ ਦੇ ਲੋਕਾਂ ਦੀ ਜਾਨ ਬਚੀ, ਘਰਾਂ ਦੇ ਵਿੱਚ ਲੋਕਾਂ ਨੇ ਮਿੰਨਤਾਂ ਕਰ ਕਰਕੇ ਤਾਂ ਕੇਜਰੀਵਾਲ ਸਾਹਿਬ ਨੂੰ ਇਹ ਕਿਹਾ ਕਿ ਸਾਨੂੰ ਐਂਬੂਲੈਂਸ ਭੇਜ ਦਿਓ, ਸਾਡੇ ਕੋਲ ਆਕਸੀਜਨ ਹੈ ਨਹੀਂ। ਆਮ ਆਦਮੀ ਪਾਰਟੀ ਦੇ MLA ਆਕਸੀਜਨ ਤੱਕ ਬਲੈਕ ਕਰਦੇ ਤਾਂ ਉੱਥੋਂ ਆਪਾਂ ਦਿੱਲੀ ਫੜੇ ਗਏ। 8,00,000 ਰੁਪਏ ਦਾ ਬੈੱਡ ਤੱਕ ਦਿੱਲੀ ਦੇ ਵਿੱਚ ਕਰੋਨਾ ਦੇ ਸਮੇਂ ਬਲੈਕ ਹੋ ਰਿਹਾ ਸੀ। ਤੇ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਉਹ ਪੰਜਾਬ ਦੇ ਵਿੱਚ ਏਮਜ਼ ਵਰਗੇ ਹਸਪੀਟਲ ਲੈ ਕੇ ਆਇਆ। ਇਸ ਕਰਕੇ ਜੇ ਪੰਜਾਬ ਦਾ ਭਲਾ ਕਰਨਾ ਕਿ ਹਸਪਤਾਲ ਕਿਵੇਂ ਬਣਾਉਣੇ ਆ, ਸਕੂਲ ਕਿਵੇਂ ਵਧੀਆ ਬਣਾਉਣੇ ਆ ਹੋਰ, ਤੇ ਪੰਜਾਬ ਨੂੰ ਬਿਜਲੀ ਦੇ ਸੰਕਟ ਚੋਂ ਕਿਵੇਂ ਕੱਢਣਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲੇ ਆਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।